ਟੈਸਟਿੰਗ ਕਰਨ ਲੱਗੇ ਆ, ਲਾਂ ਤੇ ਵੀ ਕਰਾਂਗੇ, ਡਿਸਕਾਂ ਤੇ ਵੀ ਕਰਾਂਗੇ, ਠੀਕ ਹੈ। ਦੋ ਟਰੈਕਟਰ ਹੋਰ ਵੀ ਹੈਗੇ ਨੇ ਤੇ ਉਧਾਰ ਲੈਣ ਗਿਆ ਹੋਏ ਨੇ, ਤੇ ਜਨਾਬ ਇਹ ਵੀ ਨਾਲ ਚੈੱਕ ਕਰਾਂਗੇ, ਤੁਹਾਨੂੰ ਦਿਖਾਉਂਦੇ ਹਾਂ। ਇਹ ਜਨਾਬ ਫੀਲਡ ਹੈ, ਇਹ ਦੋਸਤੋ ਟਰੈਕਟਰ ਖੜ੍ਹਾ ਜਨਾਬ, ਅਤੇ ਜਿਵੇਂ ਹੁਣ ਦੂਸਰੇ ਆਉਂਦੇ ਨਾ ਅਤੇ ਤੁਹਾਨੂੰ ਫਿਰ ਜਨਾਬ ਅਸੀਂ ਪਰਫੋਰਮੈਂਸ ਚੈੱਕ ਕਰਵਾਵਾਂਗੇ ਟਰੈਕਟਰਾਂ ਦੀ, ਠੀਕ ਹੈ। ਇਹਨੂੰ ਹਰ ਔਜ਼ਾਰ 'ਤੇ ਚੈੱਕ ਕਰਾਂਗੇ ਇਹਦੀ ਕੀ ਕਾਰਗਰਦਗੀ ਹੈਗੀ ਆ। ਦੇਖ ਰਹੇ ਜੀ ਤੁਸੀਂ, ਇੱਕੋ ਮਾਸਟਰ 554 ਪਲੱਸ ਦੇ ਨਾਮ ਤੋਂ ਹੈਗਾ, ਠੀਕ ਹੈ ਜੀ। ਆਉਂਦੀਆਂ ਨੇ ਤਿੰਨ ਟਰੈਕਟਰ ਆਏ ਖੜ੍ਹੇ ਹੈਗੇ ਨੇ, ਸੇਮ ਇੱਕੋ ਹੀ ਕੈਟਾਗਰੀ, ਇੱਕੋ ਹੀ ਹਾਰਸ ਪਾਵਰ, ਅਤੇ ਦੋਵਾਂ ਇਹਦੇ ਵਿੱਚ ਦੋਵਾਂ ਨੂੰ ਅਸੀਂ ਚੈੱਕ ਕਰਨਾ ਹੈ, ਇੱਕ ਨੂੰ ਡਿਸਕਾਂ 'ਤੇ ਅਤੇ ਇਹ ਇੱਕ ਨੂੰ ਡਿਸਕਾਂ 'ਤੇ ਚੈੱਕ ਕਰਨਾ, ਇੱਕ ਨੂੰ ਹੱਲਾਂ 'ਤੇ ਚੈੱਕ ਕਰਨਾ ਹੈਗਾ, ਠੀਕ ਹੈ ਜੀ। ਇਹ ਟਰੈਕਟਰ ਪਹੁੰਚ ਗਏ ਨੇ ਅਤੇ ਜਨਾਬ ਇਹ ਜ਼ਮੀਨ ਹੈਗੀ ਜੀ ਤੁਹਾਡੇ ਸਾਹਮਣੇ, ਇਹ ਚੈੱਕ ਕਰੋ, ਠੀਕ ਹੈ। ਇਹ ਜ਼ਮੀਨ ਹੈਗੀ ਜਨਾਬ, ਵਗੀ ਜ਼ਮੀਨ ਦਿੰਦੇ ਜੀ ਚੈੱਕ ਕਰਨ, ਅਕਸਰ ਦੋਸਤ ਕਰਨਗੇ ਅੱਪੜ ਅਸਰ ਪਤਾ ਲੱਗਦਾ ਹੈ ਵਗੀ ਜ਼ਮੀਨ ਦੇ ਵਿੱਚ, ਕਿਉਂ ਜ਼ਮੀਨ ਦੇ ਵਿੱਚ ਵਗੀ ਡਿਸਕਾਂ ਜ਼ਿਆਦਾ ਡੂੰਘੀਆਂ ਜਾਂਦੀਆਂ ਨੇ। ਕੁੰਡਾ ਆ ਗਿਆ ਹੁਣ ਡਿਸਕਾਂ ਦਾ, ਅਤੇ ਗੱਡੀ ਤਿਆਰ ਖੜੀ ਹੈ, ਅਸ ਬਾਈ ਉੱਤੇ ਬੈਠੇ ਨੇ, ਇਹਨਾਂ ਨੂੰ ਅਸੀਂ ਥੱਲੇ ਨਹੀਂ ਲੈਣ ਦੇਣਾ ਅੱਜ, ਤੂੰ ਟਰੈਕਟਰ ਦੇ ਉੱਤੇ ਬੈਠੇ, ਟਰੈਕਟਰ ਦੇ ਉੱਤੇ ਬੈਠੇ ਨੇ, ਥੱਲੇ ਨਹੀਂ ਉਤਰਨ ਦੇਣਾ ਹੁਣ ਅਸੀਂ। ਇਹ ਵੱਟੂ ਸਾਹਿਬ ਵੀ ਆਏ ਨੇ, ਅੱਛਾ ਅੱਛਾ, ਇੱਧਰ ਵੱਟੂ ਸਾਹਿਬ ਵੀ ਖੜੇ ਹੈਗੇ ਨੇ। ਕੁੰਡਾ ਜਨਾਬ ਹੋ ਗਿਆ ਰੈਡੀ, ਇਹ ਗੱਡੀ ਤੁਹਾਡੇ ਸਾਹਮਣੇ ਖੜੀ ਜੇ, ਇੱਕ ਮਾਸਟਰ ਇਹਨੂੰ ਥੋੜ੍ਹਾ ਜਿਹਾ ਨੰਬਰ ਨਹੀਂ ਲੱਗਿਆ ਹੋਇਆ, ਕੁੰਡੇ ਡਿਸਕਾਂ ਜਨਾਬ ਹੁਣ ਪਾਵਣ ਲੱਗੇ ਨੇ, ਤੁਹਾਨੂੰ ਨੀਚੇ ਜਾ ਕੇ ਚੈੱਕ ਕਰਵਾਉਣੇ ਆ, ਠੀਕ ਹੈ। ਹਾਂ ਜਨਾਬ ਡਿਸਕਾਂ ਦੀ ਕਿੱਲੀ ਖੋਲਦੇ ਪੈਣ, ਚਲੋ ਜੀ ਜਿਹੜੇ ਵੀਰ ਭਰਾ ਨੇ ਚੜ੍ਹਨਾ ਉੱਥੇ ਡਰਾਈਵ ਕਰਨੀ ਆ, ਉਹ ਸਿੱਧਾ ਹੋ ਜਾਵੇ, ਐ ਤੁਹਾਡੇ ਸਾਹਮਣੇ ਇੱਕ ਵਾਰੀ ਇਹਨੂੰ ਬਹੁਤ ਤੀਜੀ 'ਚ ਉਹ ਆਪਣਾ ਫੇਰਦੇ ਹੈਗੇ ਨੇ ਵੱਡੇ ਟਰੈਕਟਰ, ਮਗਰ ਇੱਥੇ ਇੱਕ ਵਾਰੀ ਤੁਸੀਂ ਇੱਥੇ ਰੱਖੋ ਤਾਂ ਫਿਰ ਬਾਅਦ 'ਚ ਆਪਾਂ ਇੱਥੇ ਵੀ ਕਰ ਲਾਂਗੇ, ਇੱਕ ਵਾਰੀ ਇੱਥੇ ਰੱਖੋ ਇਹਨੂੰ, ਪਹਿਲੇ ਚੈੱਕ ਕਰ ਲਈਏ ਕਿਉਂਕਿ ਪਹਿਲੀ ਵਾਰੀ ਇੰਨੇ ਜਿਹੜਾ ਚੈੱਕ ਹੋਣ ਲੱਗੀਆਂ ਨੇ ਡਿਸਕਾਂ। ਇੱਕੋ ਮਾਸਟਰ 55 ਹਾਰਸ ਪਾਵਰ ਦਾ ਜਨਾਬ, ਪਹਿਲੀ ਦਫਾ ਡਿਸਕਾਂ ਦੀ ਟੈਸਟਿੰਗ, ਉਹ ਵੀ 18 ਤਵੀਆਂ ਤੁਸੀਂ ਦੇਖ ਸਕਦੇ ਜੀ, ਇਹ ਜਿਹੜੀ ਹੈ 18, ਲੇਕਿਨ ਪਿੱਛੇ ਇਹਨੇ ਜਿਹੜੇ ਡਿਸਕਾਂ ਰਿਕਮੈਂਡ ਕੀਤੀਆਂ ਗਈਆਂ ਨੇ, ਕੰਪਨੀ ਕਹਿੰਦੀ ਜੀ 16 ਤਵੀਆਂ ਇਸਤੇਮਾਲ ਕਰੋ, ਸਾਨੂੰ 16 ਮਿਲੀਆਂ ਨਹੀਂ ਤਾਂ ਅਸੀਂ 18 ਪਾ ਰਹੇ ਹਾਂ, ਤੁਹਾਨੂੰ ਜ਼ਮੀਨ ਚੈੱਕ ਕਰਵਾਉਣੇ ਆ, ਇਹ ਜਨਾਬ ਜ਼ਮੀਨ ਜੀ, ਠੀਕ ਹੈ, ਇਹ ਵਗੀ ਹੋਈ ਜ਼ਮੀਨ ਹੈ, ਪਹਿਲਾ ਗੇਅਰ ਸਾਰੇ ਲਾ ਦੇ ਜਿਹੜੇ ਲੱਗਣੇ ਜੇ, ਪਹਿਲਾ ਤੇ ਟੂ ਵੀਲ ਡਰਾਈਵ, ਇਹ ਤੇ ਬਿਲਕੁਲ ਹੀ ਸਲੋ ਸਲੋ ਏ, ਫੋਰ ਵੀਲ ਦਾ ਗੇਅਰ ਲਾ, ਆ ਤੇਰੀ ਖੈਰ ਜਾਂਦਾ ਕਿ ਨਹੀਂ, ਜਾਂ ਚੈੱਕ ਕਰੋ, ਗਈਆਂ ਗਈਆਂ ਗਈਆਂ, ਓਕੇ ਜਨਾਬ ਓਕੇ, ਹਾਂ ਜ਼ੈਦ ਸਾਹਿਬ, ਇਹ ਫੋਰ ਵੀਲ ਦੇ ਫਾਇਦੇ ਨੇ, ਇਹ ਫਾਇਦਾ ਨਾ ਫੋਰ ਵੀਲ, ਟੂ ਵੀਲ 'ਚ ਡਿਸਕਾਂ ਨਹੀਂ ਗਈਆਂ, ਫੋਰ ਵੀਲ ਤੱਕ ਦਿੱਤੀਆਂ, ਮੈਂ ਸੱਚਾ ਤੂੰ ਆਉਂਦਾ ਮੰਨਦਾ ਨਹੀਂ ਸੈਂ,
ਜੀ ਦੋਸਤੋ, ਇਹਨੂੰ ਮੈਂ ਕਰਤਾ ਜਨਾਬ ਟੂ ਵੀਲ ਡਰਾਈਵ ਦੇ ਵਿੱਚ, ਅਤੇ ਚੈੱਕ ਕਰਵਾਉਣਾ ਤੁਹਾਨੂੰ। ਟੂ ਵੀਲ ਡਰਾਈਵ ਦੇ ਵਿੱਚ ਜਨਾਬ ਚੈੱਕ, ਦੇਖੋ ਜਨਾਬ ਤੁਹਾਨੂੰ ਚੈੱਕ ਕਰਵਾ ਰਹੇ ਹਾਂ। ਟੂ ਵੀਲ ਡਰਾਈਵ 'ਚ ਟਰੈਕਟਰ ਜਿਹੜਾ ਨਾ, ਟੂ ਵੀਲ ਡਰਾਈਵ 'ਚ ਹੈਗਾ ਜਨਾਬ, ਇੱਕੋ ਮਾਸਟਰ 4x4, ਲੇਕਿਨ ਫਿਲਹਾਲ ਇਹਨੂੰ ਚਲਾ ਰਿਹਾ ਟੂ ਵੀਲ ਡਰਾਈਵ, 18 ਡਿਸਕਾਂ ਨੇ ਤੁਹਾਡੇ ਸਾਹਮਣੇ ਜਨਾਬ, ਚੈੱਕ ਕਰੋ। ਜ਼ਬਰਦਸਤ ਜੀ, ਜ਼ਬਰਦਸਤ ਜ਼ਬਰਦਸਤ ਜਨਾਬ, ਕਿਆ ਬਾਤ ਹੈ। ਭੈਣ ਜੀ ਕਿਆ ਬਾਤ ਹੈ, 55 ਹਸ ਪਾਵਰ, 18 ਦਵੀਆਂ ਡਿਸਕਾਂ, ਟੂ ਵੀਲ ਡਰਾਈਵ ਹੈਗਾ ਇਹਨੇ ਜਨਾਬ। ਹੁਣ ਕਿੱਲੀ ਅਸੀਂ ਵੱਡੀ ਕਰਕੇ ਵੇਖ ਲੈਂਦੇ ਹਾਂ, ਹੁਣ ਇਹਦੀ ਕਿੱਲੀ ਵਧਾ ਕੇ ਚੈੱਕ ਕਰੀਏ। ਇਹ ਹੁਣ ਦੋਸਤੋ ਲੱਗ ਗਿਆ ਫੋਰ ਵੀਲ ਦੋਸਤੋ, ਬਾਬਾ ਜੀ ਟਰੈਕਟਰ ਦਾ ਟੋਰਾ ਵੱਧ ਗਿਆ ਜੀ ਫੋਰ ਵੀਲ ਡਰਾਈਵ 'ਚ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਚੈੱਕ ਕਰੋ ਜੀ ਫੋਰ ਵੀਲ ਡਰਾਈਵ 'ਚ ਗੱਡੀ ਦਾ ਟੋਰਾ ਹੀ ਵੱਧ ਗਿਆ ਜੀ, ਜ਼ਬਰਦਸਤ ਜੀ। ਮੈਂ ਨਾ ਜੀ ਕਮਾਲ ਕਰ ਦੀ ਟਰੈਕਟਰ ਨੇ, ਹੁਣ ਇਹ ਕਿੱਲੀ ਜ਼ਿਆਦਾ ਕਰਕੇ ਵੇਖੀਏ, ਕਿਉਂਕਿ ਇਹਦੇ ਤੁਹਾਨੂੰ ਪਤਾ ਹੀ ਕੋਈ ਨਹੀਂ ਦਾ, ਵਿਹਲਾ ਵਿਹਲਾ ਜਾ ਰਿਹਾ ਖਾਲੀ ਖਾਲੀ, ਤਾਂ ਹੀ ਤਾਂ ਕਹਿ ਰਿਹਾ ਕਿੱਲੀ ਵਧਾ ਕੇ ਚੈੱਕ ਕਰੀਏ ਇਹਨੂੰ, ਹੁਣ ਇਹ ਤਾਂ ਵਿਹਲਾ ਵਿਹਲਾ ਹੀ ਜਾ ਰਿਹਾ। ਆਹ ਕੋਈ ਲੋਡ ਪਵੇ ਇਹਦੇ 'ਤੇ, ਕੋਈ ਪਤਾ ਲੱਗੇ ਇਹਨੂੰ, ਪਹਿਲਾ ਗੇਅਰ ਜਨਾਬ, ਪਹਿਲਾ ਗੇਅਰ ਫੋਰ ਵੀਲ ਦੇ ਵਿੱਚ ਨਾਰਮਲ ਜੀ ਰੇਸ 'ਤੇ। ਇਹ ਸਿਰਫ ਅਸੀਂ ਆਪਣੀ ਡੈਮੋ ਦੇ ਰਹੇ ਕਿ ਸਾਡੇ ਕੋਲ ਲੋਕ ਕਹਿੰਦੇ ਨੇ ਵੀ 16 ਨਹੀਂ ਖਿੱਚਦਾ ਜਾਂ 14 ਨਹੀਂ ਖਿੱਚਦਾ, ਠੀਕ ਹੈ, ਲੇਕਿਨ ਅਸੀਂ ਪਾ ਕੇ ਖਿਚਾ ਕੇ ਵਿਖਾ ਰਹੇ ਹਾਂ ਤੁਹਾਡੇ ਸਾਹਮਣੇ, ਔਰ ਆਰ ਪੀ ਐਮ ਵੀ 16 ਤੋਂ 18 ਸੌ ਦੇ ਦਰਮਿਆਨ ਰਹੇ, ਨਾਰਮਲ ਜੀ ਕਰੇ ਸਾ, ਨਾਰਮਲ ਜੀ, ਟੂ ਵੀਲ ਡਰਾਈਵ ਜੀ ਫੋਰ ਵੀਲ, ਠੀਕ ਹੋ ਗਿਆ, ਚਲੋ ਨੇ ਕਿੱਲੀ ਵਧਾਓ ਜੀ, ਪਹਿਲੇ ਟੂ ਵੀਲ 'ਚ ਕਰਾਇਆ ਜੀ ਫਿਰ ਫੋਰ ਵੀਲ 'ਚ ਕਰਾਇਆ ਜੀ, ਹੁਣ ਦੋਸਤੋ ਇਹਦੀ ਕਿੱਲੀ ਜ਼ਿਆਦਾ ਕਰ ਰਹੇ ਹਾਂ। ਚਲੋ ਹੁਣ ਅੱਗੇ ਕਰੋ, ਅੱਗੇ ਜਾਣ ਦਿਓ, ਹੁਣ ਨਹੀਂ ਨਹੀਂ ਇਸ 'ਚ ਕਰਨਾ, ਇੱਥੇ ਕਰਨਾ, ਇੱਥੇ ਕਰਨਾ ਇਹਨੂੰ, ਨਹੀਂ ਨਹੀਂ ਪਹਿਲੇ ਇੱਥੇ ਨਹੀਂ ਸੀ,
ਇੱਕ ਵੱਧ ਗਈ ਆ ਹੁਣ ਕਿੱਲੀ, ਇੱਕ ਵੱਧ ਗਈ ਹੈ। ਦੋਸਤੋ ਫੋਰ ਵੀਲ ਲੱਗਿਆ ਹੋਇਆ ਟਰੈਕਟਰ ਨੂੰ, ਚੈੱਕ ਕਰੋ ਜਨਾਬ ਕਿੱਲੀ ਵਧਾ ਤੀ, ਪਤਾ ਹੀ ਕੋਈ ਨੀ ਉਹਨੂੰ, ਪਹਿਲਾ ਗੇਅਰ ਉਹਨੂੰ ਜੀ, ਪਤਾ ਹੀ ਕੋਈ ਨੀ ਹੈਗਾ, ਨਾਰਮਲ ਆਰਾਮ ਨਾਲ ਛਿੱਕ ਰਿਹਾ ਹੈਗਾ ਸਕੂਨ ਨਾਲ। ਕਿਆ ਬਾਤ ਹੈ ਜੀ ਟਰੈਕਟਰ ਦੀ, ਕਿਆ ਬਾਤ, 18 ਤਵੀਆਂ ਫੋਰ ਵੀਲ ਡਰਾਈਵ 'ਚ ਅਤੇ ਕਿੱਲੀ ਇੱਕ ਵਧਾ ਦਿੱਤੀ ਟਰੈਕਟਰ ਦੀ, ਆਰਾਮ ਨਾਲ ਸਕੂਨ ਨਾਲ ਛਿੱਕ ਰਿਹਾ, ਉਹਨੂੰ ਪਤਾ ਹੀ ਕੋਈ ਨਹੀਂ, ਪਹਿਲਾ ਹੀ ਗੇਅਰ ਲੱਗਿਆ ਹੋਇਆ ਜੀ, ਪਹਿਲਾ ਗੇਅਰ ਲੱਗਿਆ ਹੋਇਆ ਜੀ। ਕਿਆ ਬਾਤ ਹੈ ਜੀ, ਕਿਆ ਪਰਫਾਰਮੈਂਸ ਲੱਗ ਰਿਹਾ, ਵਧੀਆ ਜ਼ਮੀਨ ਜੀ, ਬਿਲਕੁਲ ਲੱਗੀ ਪਈ, ਮੈਂ ਨਾ ਜੀ ਬਰੀਕ ਜ਼ਮੀਨ ਹੈਗੀ ਹੈ ਅਤੇ ਟਰੈਕਟਰ ਨੂੰ ਪਤਾ ਹੀ ਕੋਈ ਨਹੀਂ ਹੈਗਾ, ਆਰਾਮ ਨਾਲ ਸਕੂਨ ਨਾਲ ਛਿੱਕ ਰਿਹਾ ਹੈਗਾ। ਚੈੱਕ ਕਰ ਲਓ ਜੀ, ਕੋਈ ਸਮੋਕ ਨਹੀਂ, ਕੋਈ ਧੂੰਆਂ ਵਗੈਰਾ ਹੀ ਨਹੀਂ ਹੈਗਾ। ਸਲਾਮ ਅਲੈਕਮ ਜੀ। ਅਸਲਾਮ ਅਲੈਕਮ ਜੀ, ਨਾਮ ਕੀ ਆਪਣਾ? ਮੇਰਾ ਨਾਮ ਮੁਹੰਮਦ ਸਲੀਮ, ਤੋਫੇ ਕਲਾਮ, ਮੈਂ ਰਹਿਣ ਵਾਲਾ। ਅੱਛਾ ਜੀ, ਅਤੇ ਮੇਰੇ ਕੋਲ 21 ਮਾਡਲ 75 ਬੜਾ ਮੈਂ ਸੰਭਾਲ ਕੇ ਰੱਖਿਆ। ਅੱਛਾ, ਅਤੇ ਲੇਕਿਨ ਇਹ ਉਸ ਤੋਂ ਵੱਧ ਨਹੀਂ, ਹੁਣ ਤੁਸੀਂ ਹੁਣ ਤੁਹਾਡੇ ਸਾਹਮਣੇ ਚੱਲਦਾ ਪਿਆ ਹੈਗਾ 55 ਹਾਰਸ ਪਾਵਰ ਹੈਗਾ, ਇਹ ਦੱਸੋ ਵੀ ਡਿਸਕਾਂ ਜ਼ਿਆਦਾ ਛਿੱਕ ਰਿਹਾ ਜਾਂ 75 ਜ਼ਿਆਦਾ ਛਿੱਕਦਾ? ਇਹ ਜ਼ਿਆਦਾ ਛਿੱਕਦਾ। 18 ਤਵੀਆਂ ਨੇ? ਹਾਂਜੀ, 18 ਤਵੀਆਂ, ਜਿੰਨੀਆਂ ਇਹ ਤਵੀਆਂ ਛੋਟੀਆਂ ਨੇ ਇੰਨੀਆਂ 75 ਪਿੱਛੇ ਪਾ ਦੇ ਕੇ ਸਲਿਪ ਕਰਦਾ, ਜਾਣੀ ਕਿ ਉਹ ਇੰਨੀ ਖਿਚਾਈ ਨਹੀਂ ਕਰਦਾ ਜਿੰਨੀ ਇਹ ਕਰ ਰਿਹਾ ਹੈਗਾ। ਹਾਂਜੀ, ਇਹ ਜ਼ਬਰਦਸਤ ਨੇ, ਬਿਹਤਰੀਨ ਬਿਹਤਰੀਨ। ਆਹ ਦੋਸਤੋ ਤੁਸੀਂ ਗੱਲ ਸੁਣ ਰਹੇ ਭਾਈ ਯਾਰਾਂ ਦੀ, ਜਾਣੀ ਕਿ ਵੀ ਤੁਸੀਂ ਜਿਹੜਾ ਨਾ ਮਨ ਦੇ 'ਚ ਵੀ ਵਾਕਿਆ ਜਿਹੜਾ ਖਿਚਾਈ ਕਰ ਰਿਹਾ। 15 ਸਾਲ ਹੋ ਗਏ ਨੇ ਟਰੈਕਟਰ ਆਪਣਾ ਚਲਾਉਂਦੇ ਪਏ ਨੇ, ਠੀਕ ਨੇ, ਬੜੀ ਜ਼ਬਰਦਸਤ ਚੀਜ਼ ਆਈ ਹੈ, ਬਿਹਤਰੀਨ ਟਰੈਕਟਰ ਆਇਆ। ਮੈਂ ਜੀ ਕਮਾਲ ਕੀਤੀ ਖੜਾ ਹੁਣ ਇਸ ਵਾਸਤੇ, ਅੱਜ ਵੀਰ ਭਰਾਵਾਂ ਨੂੰ ਦੱਸ ਰਿਹਾ ਵੀ ਸਾਡੇ ਕੋਲ ਜ਼ਿਮੀਂਦਾਰ ਮੌਜੂਦ ਖੜਾ, ਉਹਨਾਂ ਕੋਲ 75 ਰਾਈਟਰ ਹੈ, ਵੀ ਉਹ ਆਪਦੀ ਰਾਏ ਇਹਦੇ ਬਾਰੇ ਕੀ ਦਿੰਦੇ ਹੈਗੇ ਨੇ। ਬਿਲਕੁਲ, ਜਿਹੜੀ ਕਿੱਲੀ ਵਿੱਚ ਤਵੇ ਖਿਚਾਈ ਕਰਦਾ ਪਿਆ ਇਹਦੇ ਵਿੱਚ 75 ਨੂੰ ਪਾਈ ਉਹ ਸਲਿਪ ਕਰੇਦਾ, ਲੇਕਿਨ 4x4 ਦੀ ਵਜ੍ਹਾ ਤੋਂ ਉਹਦੇ ਨਾਲ ਜ਼ਿਆਦਾ ਖਿਚਾਈ ਕਰਦਾ, ਜ਼ਿਆਦਾ ਖਿਚਾਈ ਕਰ ਰਿਹਾ, ਅਤੇ ਅਗਰ ਇਹਨੂੰ 2-wheel ਕਰ ਦਈਏ ਤਾਂ ਫਿਰ ਉਹ 2-wheel ਕਰਕੇ ਵੀ ਅਸੀਂ ਚੈੱਕ ਕੀਤਾ, ਲੇਕਿਨ ਇਹਦੀ ਖਿਚਾਈ ਬਿਹਤਰੀਨ ਹੈ 75 ਨਾਲੋਂ, ਖਿਚਾਈ ਜ਼ਿਆਦਾ ਹੈਗੀ, ਖਿਚਾਈ ਤੇਲ ਦੀ ਐਵਰੇਜ ਦਾ ਵੀ ਪਤਾ ਚੱਲ ਜਾਏਗਾ, ਉਹ ਤਾਂ ਇਨਸ਼ਾਅੱਲਾ ਹੁਣ ਜਿਵੇਂ ਜਿਵੇਂ ਚੱਲਣਗੇ ਫਿਰ ਉਹਦਾ ਪਤਾ ਚੱਲ ਜਾਏਗਾ। ਕਮਾਲ ਦੀ ਚੀਜ਼ ਹੈ, ਬਿਲ ਠੀਕ ਹੋ ਗਿਆ ਜੀ। ਇਹ ਦੋਸਤੋ ਜੀ ਜਿਹੜਾ ਨਾ ਹੁਣ ਤੁਹਾਨੂੰ ਫੀਡਬੈਕ ਦਿੱਤਾ ਜ਼ਿਮੀਂਦਾਰ ਦਾ, ਇਹ ਤੁਹਾਡੇ ਸਾਹਮਣੇ ਜਨਾਬ ਤੁਸੀਂ ਹੁਣ ਦੇਖਿਆ ਜੇ, ਇਹ 4-wheel ਡਰਾਈਵ 'ਚ ਗੱਡੀ ਚੱਲ ਰਹੀ ਹੈਗੀ ਹੈ, ਵੀਡੀਓ ਕਾਫੀ ਲੰਮੀ ਹੋ ਰਹੀ ਹੈ ਪਰ ਤੁਹਾਡੇ ਨਾਲ ਅਸੀਂ ਮੁਕੰਮਲ ਡਿਟੇਲ ਸ਼ੇਅਰ ਕਰ ਰਹੇ ਹਾਂ, ਤਾਂ ਤੁਸੀਂ ਲਾਜ਼ਮੀ ਜਿਹੜਾ ਨਾ ਵੀਡੀਓ ਮੁਕੰਮਲ ਦੇਖਣੀ ਹੈ, ਟਰੈਕਟਰ ਦੀ ਪਰਫਾਰਮੈਂਸ ਦੇਖਣੀ ਹੈ ਤੁਸੀਂ। ਚੈੱਕ ਕਰੋ ਜੀ, ਕਿਆ ਬਾਤ ਹੈ ਜੀ, ਜ਼ਬਰਦਸਤ ਜਨਾਬ, ਚੈੱਕ ਕਰੋ, ਵੱਧ ਗਿਆ ਜੀ, ਤਵੱਕੋ ਤੋਂ ਵੱਧ ਗਿਆ ਹੈਗਾ, ਬੈਣ ਆ ਜੀ ਕਮਾਲ। ਜੀ ਦੋਸਤੋ, ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈਗੀ,
ਮਾਸ਼ਾਅੱਲਾ ਜੀ, ਜ਼ਬਰਦਸਤ ਜੀ, ਕਿਆ ਬਾਤ ਹੈ ਜੀ, ਅਖੀਰ ਹੋ ਗਏ, ਬਹੁਤ ਹੀ ਵਧੀਆ ਅਤੇ ਅੱਛੀ ਜਨਾਬ ਜ਼ਿੰਮੇਦਾਰ ਭਰਾਓ, ਮੈਂ ਨਾ ਜੀ ਕਮਾਲ ਦੀ ਚੀਜ਼ ਟ੍ਰੇਡ ਇੰਪੈਕਸ਼ਨ ਬਾਰੇ ਇੰਪੋਰਟ ਕੀਤੀ ਬਣਾਈ ਹੈ, ਜੋ ਵੀ ਹੈ ਤੁਹਾਡੇ ਸਾਹਮਣੇ ਚੱਲ ਰਿਹਾ, ਇਨਸ਼ਾਅੱਲਾ ਮਜ਼ੀਦ ਵੀ ਇਹਦੇ ਵੀਡੀਓ ਤੁਹਾਡੇ ਨਾਲ ਸ਼ੇਅਰ ਹੁੰਦੀਆਂ ਰਹਿਣਗੀਆਂ, ਅਤੇ ਵੀਡੀਓ ਕਾਫੀ ਲੰਬੀ ਹੋ ਗਈ ਹੈ, ਠੀਕ ਹੈ ਜੀ।